ਤੁਹਾਡੇ ਯੂਟਿਊਬਰ ਹੈਗੇ ਆ ਫਟਾਫਟ ਫਟਾਫਟ ਲੱਗੀ ਹੋਈ ਆ ਰਾਇਤਾ ਵੀ ਹੈਗਾ ਨਾਲ ਲੱਭ ਕੇ ਬਹਾਨੇ ਜਨ ਜੋੜ ਲੈ ਯਾਰਾਂ ਨੇ ਮੈਨੂੰ ਕੜੀ ਬਿੰਦ ਤੇਰੇ ਵੇੜੇ ਬੈਣ ਦੇ ਗਾਇਸ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਸਾਰਿਆਂ ਦੇ ਆਈ ਹੋਪ ਸਾਰੇ ਵਧੀਆ ਹੋਣਗੇ ਮੈਂ ਸ਼ਿਨਕੌਰ ਤੇ ਅੱਜ ਆਪਾਂ ਦਿਖਾਵਾਂਗੇ ਤੁਹਾਨੂੰ ਤਿਲਕ ਨਗਰ ਦੀ ਮਾਰਕੀਟ ਦਾ ਵਲੌਗ ਤੇ ਇਸ ਟਾਈਮ ਹੈਗੇ ਹਾਂ ਅਸੀਂ ਗੁਰਦੁਆਰਾ ਫਤਿਹ ਨਗਰ ਤੁਸੀਂ ਵੇਖ ਸਕਦੇ ਹੋ ਹੁਣ ਆਪਾਂ ਹਲੇ ਆਪਾਂ ਗੁਰਦੁਆਰੇ ਤੋਂ ਨਿਕਲੇ ਹਾਂ ਅਤੇ ਹੁਣ ਧਿਆਨ ਆਇਆ ਕਿ ਵਲੌਗ ਬਣਾ ਲਈਏ ਥੋੜ੍ਹਾ ਬਹੁਤ ਅਤੇ ਆਪਾਂ ਨਿਕਲੇ ਹਾਂ ਫਿਰ ਆਪਾਂ ਮਾਰਕੀਟ ਜਾਵਾਂਗੇ ਤਦ ਤੱਕ ਅਸੀਂ ਦਿਖਾਉਂਦੇ ਹਾਂ ਇੱਥੇ ਦੀ ਥੋੜ੍ਹੀ ਬਹੁਤ ਮਾਰਕੀਟ ਸਟਾਲਸ ਨੇ 100 ਰੁਪੀਸ ਪਰ ਸਟਾਲ ਅਤੇ ਕਿੰਨੇ ਵਾਲਾ ਹੈਗਾ 150 ਪਰ ਟਾਪ 150 ਬਹੁਤ ਸੋਹਣੇ ਸੋਹਣੇ ਕਲਰਸ ਨੇ ਇੱਧਰ ਤੁਸੀਂ ਵੇਖ ਸਕਦੇ ਹੋ ਸਭ ਬਹੁਤ ਪਿਆਰੇ ਪਿਆਰੇ ਕਲਰਸ ਨੇ ਸਾਹਮਣੇ ਮਾਰਕੀਟ ਸਟਾਰਟ ਹੁੰਦੀ ਆ ਅਤੇ ਆਪਾਂ ਚੱਲਦੇ ਹਾਂ ਅੰਦਰ ਤੁਸੀਂ ਵੇਖ ਸਕਦੇ ਹੋ ਸੇਲ ਵੀ ਹੈਗੀ ਹੈ ਇੱਧਰ ਅਤੇ ਬਹੁਤ ਪਿਆਰੇ ਪਿਆਰੇ ਕਲਰਸ ਹਲੇ ਸਵੇਰੇ 10:30 ਵਜੇ ਦਾ ਟਾਈਮ ਹੈ ਅਤੇ ਹਲੇ ਤਾਂ ਮਾਰਕੀਟ ਲੱਗ ਰਹੀ ਹੈ ਬਾਕੀ ਜਿੰਨਾ ਕੁ ਲੱਗਿਆ ਉਹੀ ਦਿਖਾ ਦਿੰਦੇ ਅਸੀਂ ਤਾਂ ਗੁਰਦੁਆਰੇ ਗਏ ਸੀ ਆਪਾਂ ਤਿਲਕ ਨਗਰ ਦਾ ਸਭ ਤੋਂ ਫੇਮਸ ਹੈਗਾ ਹੈ ਮਨਮੋਹਨ ਫੂਡ ਪਲਾਜ਼ਾ ਇੱਥੇ ਤੁਹਾਨੂੰ ਚਾਊਮੀਨ ਚਿਲੀ ਪਟੈਟੋ ਇਡਲੀ ਹੋਰ ਬਹੁਤ ਕੁਛ ਮਿਲ ਜੂਗਾ ਬਹੁਤ ਪਿਆਰੇ ਪਿਆਰੇ ਕਲਰ ਦੇ ਨਾਈਟ ਸੂਟਸ ਨੇ ਹਲੇ ਵੀ ਮਾਰਕੀਟ ਲੱਗ ਰਹੀ ਹੈ ਆਹ ਨਿੱਕੇ ਨਿੱਕੇ ਬੱਚਿਆਂ ਦੇ ਕੱਪੜੇ ਸੋ ਕਿਊਟ ਵੇਖ ਸਕਦੇ ਹੋ ਬਹੁਤ ਪਿਆਰੇ ਪਿਆਰੇ ਕਲਰ ਦੇ ਸੀ ਬਹੁਤ ਪਿਆਰੇ ਪਿਆਰੇ ਕਲਰਸ ਦੀ ਨੇਲ ਪੇਂਟਸ ਵੀ ਆ ਉਹ ਇਹੋ ਜਿਹੇ ਸੇਮ ਮੇਰੇ ਕੋਲ ਆ ਚਲੋ ਲੱਗੀ ਨਹੀਂ ਡਰੈਸਿਸ ਅਤੇ ਹੁਣ ਆਪਾਂ ਦਿਖਾਉਂਦੇ ਤੁਹਾਨੂੰ ਅੱਗੇ ਦੀ ਇੱਥੇ ਵੀ ਬਹੁਤ ਸੋਹਣੀ ਸੋਹਣੀ ਡਰੈਸਿਸ ਨੇ ਤੁਸੀਂ ਵੇਖ ਸਕਦੇ ਹੋ ਕਿੰਨੀ ਵਧੀਆ ਕੁਆਲਿਟੀ ਦਾ ਕੋਟਨ ਦਾ ਕੱਪੜਾ ਹੈ ਅਤੇ ਬਹੁਤ ਸੋਹਣੀ ਡਰੈਸਿਸ ਨੇ ਇੱਧਰ ਤੁਸੀਂ ਖੁਦ ਵੇਖ ਸਕਦੇ ਹੋ ਬਹੁਤ ਪਿਆਰੇ ਪਿਆਰੇ ਕਲਰਸ ਨੇ ਇੱਧਰ ਹਰ ਡਿਜ਼ਾਈਨ ਦੇ ਇੰਨੇ ਸਾਰੇ ਕਲਰਸ ਨੇ
ਤੁਸੀਂ ਆਪਣਾ ਫੇਵਰਿਟ ਕੋਈ ਵੀ ਕਲਰ ਲੈ ਸਕਦੇ ਹੋ। 700 ਤੱਕ ਤਾਂ ਠੀਕ ਹੈ 2 ਪੀਸ ਦੇ ਹਿਸਾਬ ਨਾਲ। ਤੇ ਇੱਥੇ ਵੀ ਬਹੁਤ ਪਿਆਰੇ ਪਿਆਰੇ ਕਲਰਸ ਨੇ। ਆ ਵੇਖੋ ਬਹੁਤ ਪਿਆਰੇ ਡਰੈਸ ਹੈ। ਵੈਸੇ ਹੋਈ ਸੀ ਫੁੱਲ ਗਈ ਸੀ। ਹਾਂ ਬਸ ਵੈਸੇ ਕੀ ਹੋਈ ਤੋ ਵੈਸੇ ਤੇ ਲੇਕਿਨ ਠੀਕ ਨਹੀਂ ਸੀ 800 ਗ੍ਰਾਮ। ਕੀ ਬੋਲੂੰ ਮੈਂ। ਤੇ ਗਾਇਸ ਇਧਰ ਦੀ ਸਾਈਡ ਨੇ ਸ਼ੂਜ਼। ਕਿੰਨੇ ਵਾਲੇ ਭਈਆ? 250। ਇਹ ਮੈਂ ਨਾ ਇਸ ਨੂੰ ਕੰਪਰਟੇਬਲ ਦੇ ਉੱਪਰ ਕਵਰ ਵਾਲੇ हाले आप शूज वेख के हटे हाँ तो फिर टॉप्स वाल टॉप वेखना सू ज्यादा वजिया लगता चंगा लगता सानू। टाइगर प्रिंट वाला देखो कंफर्टेबल नहीं लग रहा और है आईलैशेस लिपस्टिक्स ले लो। छोटे छोटे बच्चे के कितने प्यारे प्यारे फुटवेयर्स ने। फिर ड्रेसेस आ गई बहुत प्यारी प्यारी। ਤੇ ਇੱਥੇ ਹੈਗੀ ਹੈ ਪਿਕਲ ਸ਼ੋਪ। ਹਰ ਟਾਈਪ ਦੇ ਪਿਕਲਸ ਨੇ ਇੱਧਰ। ਇਹ ਕਿਤਨਾ ਵਾਲਾ? ਇਹ 50 ਦਾ, ਬੜਾ ਵਾਲਾ 90 ਦਾ ਹੈ। ਲਸਣ ਦਾ, ਲਸਣ ਦਾ ਛੋਟਾ ਬਾਕਸ ਹੈ 80 ਰੁਪਏ ਦਾ। ਇਹ ਕੀ ਚੈਰੀ ਹੈ? ਹਾਂ ਜੀ ਇਹ ਚੈਰੀ। ਇਹ ਵਾਲਾ ਲੈ ਲਓ। ਇਹ ਵੀ ਅਭੀ ਕੱਚਾ ਹੋਗਾ ਜਾਂ ਕਿਵੇਂ ਹੋਗਾ? ਕੱਚਾ ਹੀ ਹੈ ਇਹ। ਕੱਚਾ ਹੈ को फ्रिज में रखना है? हाँ जी फ्रिज में रखोगे तो ऐसी बनी रहेगी और बाहर रखो तो गल जाएगी, नॉर्मल हो जाएगी, पक जाएगी। ले लो ले लो मैम, बहुत अच्छी लगेगी। अचार ने इधर पिकल्स, मैंगो दा, लेमन दा, हर चीज़ का हैगा है। मिर्ची दा जो पिछले खाया सी चटपटी मिर्च दिया है। ते पिकल शॉप दे जस्ट नाल हैगा है नारियल पानी। नारियल पानी भी है ते नारियल उदा भी लै सकते हो, फोड़ के चटनी भी बना सकते हो, जो मर्जी खा सकते हो। जस्ट सामने पीछे हैगी है लाइट्स की शॉप। चोरी चोरी पापड़ी कौन सा आई है? ਫਲਾਰਸੀ ਸ਼ੋਪ ਨਾਨੀ ਮੈਂਗੋ, ਮਤਲਬ ਫਰੂਟਸ ਦੀ ਸ਼ੋਪ ਹੈ, ਬਹੁਤ ਸਾਰੇ ਹੈਗੇ ਆ। ਤਾਂ ਕਿਹੜੇ ਨਾਮ ਗੁਣਾ? ਇੱਥੇ ਹੈ ਕੇਲੇ, ਫਰੂਟਸ ਬਨਾਨਾ। ਹੁਣ ਆਪਾਂ ਫੂਡ ਸਟਰੀਟ ਵੱਲ, ਸਟਰੀਟ ਫੂਡ ਵੱਲ ਆ ਗਏ ਹਾਂ ਅਤੇ ਕੁਛ ਖਾਣ ਪੀਣ ਵਾਸਤੇ। ਅਤੇ ਜਦ ਤੱਕ ਕੁਛ ਖਾਓ ਪੀਓ ਨਾ, ਮੈਨੂੰ ਨਹੀਂ ਲੱਗਦਾ ਮੇਰਾ ਵਲੌਗ ਕੰਪਲੀਟ ਹੁੰਦਾ। ਅਤੇ ਵੇਖਦੇ ਹਾਂ ਆਪਾਂ ਕੀ ਖਾਂਦੇ ਹਾਂ, ਹਜੇ ਸੋਚਾਂਗੇ ਅਤੇ ਵੇਖਦੇ ਹਾਂ। ਲੈਟਸ ਗੋ। ਇੱਥੇ ਬਹੁਤ ਸਾਰੀ ਫੂਡ ਦੀ ਸ਼ੋਪ ਨੇ ਅਤੇ ਇੱਥੇ ਆਪਾਂ ਚਾਂਪ ਸੁਣੀ ਹੈ, ਬਹੁਤ ਸਵਾਦ ਲੱਗਿਆ ਹੈ ਚਾਂਪ। ਅਤੇ ਆਪਾਂ ਖਾਣ ਚੱਲੇ। ਕਿੱਥੇ ਗਈ? ਕਿੱਥੇ ਗਈ? ਲੱਭ ਰਹੀ ਹੋਰੀ ਹੋਰੀ ਸਾਹਮਣੇ, ਬਿਲਕੁਲ ਸਤਿਗੁਰਾ ਮੰਦਿਰ ਦੇ ਸਾਹਮਣੇ ਹੈ। ਚੱਲਦੇ ਹਾਂ, ਖਾਂਦੇ ਹਾਂ, ਕਰਦੇ ਹਾਂ ਵਲੌਗ ਕੰਟੀਨਿਊ। ਜਸਟ ਸਾਹਮਣੇ ਆਪਾਂ ਖਾ ਰਹੇ ਹਾਂ ਰਾਈ ਚਾਂਪ। ਅਰੇ ਆਏ ਨਹੀਂ ਜਾ ਰਹਾ, ਅੱਜ ਨਹੀਂ ਆਏਗਾ। ਅਰੇ ਦੋ ਹੱਥ ਸੇ ਵੀ ਨਹੀਂ, ਅੱਜ ਨਹੀਂ ਆਏਗਾ। ਫੋਟੋ ਹੈ, ਸਾਰੀ ਮਿਹਨਤ ਖਰਾਬ ਹੋ ਗਈ ਮੇਰੀ। Thank you.
आधी प्लेट होम रेडी हो चुकी है। यम पिकल आप अपना यूज कर रहे हैं हजे दिता सी और ना मंगन लग जाए। हाँ कोई नहीं मंगेगा तोड़ो छेती बहुत गर्म है ये हर बार खाने टाइम तो यही होता है बहुत गर्म होता है। मैं थोड़ी यूट्यूबर हैगी हाँ फटाफट फटाफट लगी हुई है रायता भी है नाल कमेंट करना चैनल सब्सक्राइब करना। बाय।